ਪੰਜਾਬ ਦੀ ਮਾਨ ਸਰਕਾਰ ਵੱਲੋਂ ਨਰੋਆ ਅਤੇ ਰੰਗਲਾ ਪੰਜਾਬ ਬਣਾਉਣ ਲਈ ਸਮੇਤ ਨੌਜਵਾਨਾਂ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਗਰਾਊਂਡਾਂ ਨਾਲ ਜੋੜਨ ਦੇ ਮਨੋਰਥ ਨਾਲ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਸਿਧਵਾ ਬੇਟ ਦੀ ਹਾਈਟੈਕ ਗਰਾਊਂਡ ਕਮ ਖੇਡ ਪਾਰਕ ਵਿੱਚ ਕੀਤੀ ਗਈ, ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਦਾਖਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਡਾਕਟਰ KNS ਕੰਗ ਵੱਲੋਂ ਕੀਤਾ ਗਿਆ ਅਤੇ ਵਾਲੀਬਾਲ ਦੀਆਂ ਟੀਮਾਂ ਨਾਲ ਜਾਣ ਪਹਿਚਾਣ ਕਰਕੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਇਸ ਸਮੇਂ ਉਹਨਾਂ ਨਾਲ ਬਲਾਕ ਸਿਧਵਾ ਬੇਟ ਦੇ ਪ੍ਰਧਾਨ ਪਰਮਿੰਦਰ ਸਿੰਘ ਸਿੱਧੂ, ਪ੍ਰਧਾਨ ਬਲਕਾਰ ਸਿੰਘ ਲਾਡੀ, ਥਾਣਾ ਸਿਧਵਾ ਬੇਟ ਦੇ ਇੰਚਾਰਜ ਇੰਸਪੈਕਟਰ ਜਸਵੀਰ ਸਿੰਘ ਤੂਰ, ਪ੍ਰਧਾਨ ਅਜਮੇਰ ਸਿੰਘ ਬੰਸੀਪੁਰਾ, ਦਵਿੰਦਰ ਸਿੰਘ ਸਲੇਮਪੁਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਿਧਵਾ ਬਲਾਕ ਖੇਡਾਂ ਵਤਨ ਪੰਜਾਬ ਦੀਆਂ ਅਤੇ ਪਹੁੰਚੇ ਸਾਰੇ ਪ੍ਰਬੰਧਕ ਨੂੰ ਫਤਿਹ ਅਰਜ਼ ਕਰ ਰਹੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀਆਂ ਖੇਡਾਂ ਹੋ ਰਹੀਆਂ, ਪੰਜਾਬ ਸਰਕਾਰ ਨੇ ਆਪਣੇ ਬੱਚਿਆਂ ਨੂੰ ਠੀਕ ਪਾਸੇ ਲਾਉਣ ਲਈ ਸ਼ੁਰੂ ਕੀਤੀਆਂ। ਇੱਥੇ ਬਿਠਾ ਲਓ ਯਾਰ, ਗਰਾਊਂਡ 'ਚ ਖੇਡਣਗੇ ਉਹ ਫਿਰ ਗਲਤ ਪਾਸੇ ਨਹੀਂ ਤੁਰਦੇ, ਅਤੇ ਜੇ ਚੰਗੀ ਸਿਹਤ ਹੈ ਤਾਂ ਦਿਮਾਗ ਵੀ ਚੰਗਾ ਰਹਿੰਦਾ ਅਤੇ ਹਮੇਸ਼ਾ ਬੱਚਾ ਕਾਮਯਾਬ ਹੁੰਦਾ। ਖੇਡਾਂ ਤਾਂ ਜਿੰਨੀਆਂ ਵੀ ਹੋ ਜਾਣੀਆਂ ਇਹ ਘੱਟ ਹੈ। ਸੋ ਮੈਂ ਸਾਰੀ ਆਰਗਨਾਈਜ਼ਿੰਗ ਕਮੇਟੀ ਨੂੰ, ਆਪਣੇ ਕੋਚ ਸਾਹਿਬ ਨੂੰ, ਸਾਡੀ ਪਾਰਟੀ ਦੇ ਮੈਂਬਰ ਲੀਡਰਾਂ ਨੂੰ ਜਿਹਨਾਂ ਨੇ ਆਰਗਨਾਈਜ਼ ਕੀਤਾ, ਸਾਰਾ ਹੈਲਪ ਕਰਾਈ ਹੈ, ਬਹੁਤ ਬਹੁਤ ਵਧਾਈ ਦਿੰਦਾ। ਮੈਂ ਉਮੀਦ ਕਰਦਾ ਕਿ ਇਹ ਤਿੰਨੋਂ ਦਿਨ ਖੇਡਾਂ ਪੂਰੀਆਂ ਜੋ ਸ਼ੋਰਾਂ ਚੱਲਣਗੀਆਂ ਅਤੇ ਬੱਚੇ ਜਿਹੜੇ ਕੰਪੀਟ ਕਰ ਰਹੇ ਹੈ ਜਿਹੜਾ ਵਧੀਆ ਹੋਏਗਾ ਦਿੱਤੇਗਾ। ਸੋ ਬਹੁਤ ਚੰਗਾ ਲੱਗਿਆ ਜੀ ਸਾਨੂੰ ਇੱਥੇ ਬੁਲਾਉਣ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਜੀ, ਇਹਦੇ ਨੇ ਕੀ ਮਨੋਰਥ ਹੋਊਗਾ ਜੀ ਖੇਡਾਂ ਦਾ, ਕਿਸ ਤਰ੍ਹਾਂ ਤੁਸੀਂ ਇਹਨੂੰ ਦੇਖਦੇ ਹੋ ਜੀ? ਖੇਡਾਂ ਦਾ ਮਨੋਰਥ ਇਹ ਹੁੰਦਾ ਕਿ ਖੇਡ ਖੇਡ 'ਚ ਬੱਚਾ ਆਪਣੀ ਸਿਹਤ ਚੰਗੀ ਕਰਦਾ। ਹਾਂਜੀ, ਅਸਲੀ ਰੀਜ਼ਨ ਹੁੰਦਾ ਕਿ ਅਸੀਂ ਆਪਣੀ ਸਿਹਤ ਚੰਗੀ ਕਰਦੇ ਜੀ। ਸੋ ਅਲੱਗ ਅਲੱਗ ਤਰੀਕੇ ਦੀਆਂ ਖੇਡਾਂ ਬਣੀਆਂ ਹੋਈਆਂ, ਇਹਦੇ ਵਿੱਚ ਬੰਦਾ ਪਾਰਟੀਸਪੇਟ ਕਰਦਾ ਹੈ, ਤਾਂ ਅਲਟੀਮੇਟ ਏਮ ਇਹੀ ਹੈ ਕਿ ਸਾਰੀ ਸਾਡੀ ਸੋਸਾਇਟੀ ਦਾ ਵਧੀਆ ਹੈਲਥ ਹੋਵੇ ਅਤੇ ਉਹ ਤਕੜੇ ਹੋਣ। ਕਿਉਂਕਿ ਇਹ ਜਿਹੜਾ ਜੀ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਜੀ, ਉਹਨੂੰ ਲੈ ਕੇ ਵੀ ਬੱਚਿਆਂ ਨੂੰ ਬੈਨੀਫਿਟ ਮਿਲੂਗਾ ਜੀ? ਜਿਹੜਾ ਬੱਚਾ ਗਰਾਊਂਡ ਆਉਣ ਲੱਗ ਪਿਆ ਨਸ਼ਿਆਂ ਤੋਂ ਦੂਰ ਹੋ ਜਾਂਦਾ। ਹਾਂਜੀ, ਕਿਉਂਕਿ ਇਹ ਗਰਾਊਂਡ 'ਚ ਆਉਂਦਾ ਹੀ ਨਸ਼ਾ ਹੁੰਦਾ ਜੀ। ਜੀ, ਜਿਹੜਾ ਬੰਦਾ ਗਰਾਊਂਡ ਗਿਆ ਉਹਨੂੰ ਪਤਾ ਹੈ ਕਿ ਜਦੋਂ ਗਰਾਊਂਡ ਜਾਣ ਦਾ ਟਾਈਮ ਹੁੰਦਾ ਤਾਂ ਉਹਨੂੰ ਕੁਛ ਹੋਣ ਲੱਗ ਪੈਂਦਾ ਕਿ ਭਾਈ ਮੈਂ ਅੱਜ ਹੋਰ ਗਰਾਊਂਡ 'ਚ ਆ। ਜੀ, ਜੇ ਕਿਤੇ ਕੋਈ ਕੰਮ ਪੈ ਜਾਏ ਤਾਂ ਉਹਨੂੰ ਲੱਗਦਾ ਹੈ ਕਿ ਮੇਰਾ ਅੱਜ ਗਰਾਊਂਡ ਕਿਵੇਂ ਮਿਸ ਹੋਇਆ ਜੀ। ਤਾਂ ਬੜਾ ਵੱਡਾ ਨਸ਼ਾ ਖੇਡਾਂ ਦਾ ਜੀ। ਸੋ ਖੇਡਾਂ ਆਪ 'ਚ ਹੀ ਨਸ਼ਾ ਕਿ ਜਿਹੜਾ ਖੇਡਾਂ ਲੱਗ ਜਾਂਦਾ ਦੂਜੇ ਨਸ਼ਿਆਂ ਤੋਂ ਬਚ ਕੇ ਰਹਿੰਦਾ। ਸੋ ਸਰਕਾਰ ਦਾ ਬਹੁਤ ਸੋਹਣਾ ਉਦਮ ਹੈ ਅਤੇ ਬਹੁਤ ਸੋਹਣਾ ਪਾਰਟੀਸਪੇਟ ਕਰ ਰਹੇ ਸਾਰੇ ਬੱਚੇ ਜੀ। ਸਾਰੀ ਆਰਗਨਾਈਜ਼ਿੰਗ ਟੀਮ ਨੇ ਬਹੁਤ ਸੋਹਣਾ ਉਦਮ ਕੀਤਾ ਜੀ, ਇਹਨੂੰ ਆਰਗਨਾਈਜ਼ ਕਰਨ ਬਹੁਤ ਬਹੁਤ ਵਧਾਈ।